जी जनाब यार, तो मैं तुहाडा अपना अमान सोना ना मैं वेचना छोटा गोश्त ना मैं वेचना वा मुर्गी दा गोश्त। मैं इस प्रोग्राम दा होस्ट हासे वंडी दे इस वेले मैं खलोता इतफाक हस्पताल बहार कलोनी दे करीब ते अपने प्रोग्राम दा मैं आगाज कर रहा है। ते मैं जनाब नूं कहांगा कि प्रोग्राम नूं बकायदा वेख्या करो, ये तुहानूं एंटरटेन करन वास्ते असीं प्रोग्राम करने आ ते तुहाडियां मुहब्बतां सानूं मिलदियां रहणियां चाहीदियां ने ते साडियां मुहब्बतां तुहाडे नाल हर गल च शामिल ने। आओ मेरे नाल। लो जनाब, तो मैं इस वेले इतफाक हस्पताल दे कोल जवेद हेयर ड्रैसर, इन्हां दी दुकान बड़ी मशहूर है कट एंड शेव, तो इन्हां नाल पुछने आ कि जनाब तुसी इस वेले किन्ने कु मसरूफ हो। आओ मेरे नाल। लो जी, मैं आ गया वा आबद हेयर ड्रैसर दी दुकान दे अंदर। तो आबद साहब है? आबद साहब जी साहब जी सर, ठीक ठाक तुसी सुनाओ। अच्छा, की गल इन्हां दे हाथ फिरन दे, तुसी वालां दे विच कोई तुहाडा इत्थे कुछ गवाच गया? सर मैनूं लग रिहा कुछ गवाच गया, इन्हां दे वाल इंज दे कहिंदे बड़े खतरनाक वाल ने इन्हां दे। इह खतरनाक की इह कि हवा च उड़ के जाके लोकां दी अखां च पैंदे ने? सर लगदा इंज ही हैगा। ते भाई दा मुंह चेक कीता जी तुसी? आहा, क्या बात है, जो मिट्टी ते थुक सुट्टिया हुंदा। वाह 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 वाह, हैं इहो जिहा सोहणा मुंह जिहड़ा हुंदा ना, इह लगदा कश्मीरी खरमानियां ते इट ना तोड़ी। अच्छा, ते अपना मुंह भी तो वेख लगता गन्ने दे वाल वड्डे होए ने, ऐ लगदा दही नूं किड्डा आईआं ने। अच्छा ਇਹ ਵੇਖੋ ਤੁਸੀਂ, ਇਹ ਪੁੱਠਾ ਅਮਿਤਾ ਬੱਚਨ, ਉਹਦੀ ਦਾੜੀ ਚਿੱਟੀ ਹੈ ਤੇ ਵਾਲ ਕਾਲੇ, ਉਹਨੇ ਸਿਰ ਤੋਂ ਚਿੱਟੇ ਕੀਤੇ ਨੇ ਭਾਈ। ਉਹਦਾ ਮੂੰਹ ਇੰਜ ਧੋਤੀ ਚ ਪੱਦ ਬੰਨਿਆ ਹੈ। ਇਹ ਤੇਰਾ ਕੋਈ ਕਸੂਰ ਨਹੀਂ ਹੈਗਾ, ਤੂੰ ਗੰਦੇ ਨਾਲੇ ਗੰਦੇ ਨਾਲੇ ਤੇ ਦੁਕਾਨ ਪਾਈ ਹੈ। ਲੱਗ ਲੱਗ ਹੀ ਰਿਹਾ ਸਰ, ਕਿਹੜਾ ਨਾਂ ਆਉਂਦਾ। ਅੱਛਾ ਭਾਜੀ, ਇਹ ਨੱਕ ਤੁਹਾਡਾ ਬੜਾ ਲਾਲ ਹੋਇਆ, ਕੀ ਗੱਲ? ਇਹਨੂੰ ਕੋਈ ਚੁੰਡੀਆਂ ਵੜ ਵੜ ਖਈਦਾ ਰਹਿੰਦਾ? ਇਹ ਮੈਂ ਬਾਂਦਰਾਂ ਨਾਲ ਖੇਡਦਾ ਰਿਹਾ ਅੱਜ ਭਾਜੀ। ਮੈਨੂੰ ਬਾਂਦਰ ਕਹੀ ਜਾਣ ਡਿਆ, ਮੈਂ ਤੇਰੇ ਮੂੰਹ ਤੇ ਬੂਛਲ ਮਾਰ ਦਿੱਤੀ। ਬਸ ਪੁੱਜਿਆ ਪੁੱਜਿਆ ਆ ਗਿਆ ਜੀ। ਅੱਛਾ ਜੀ, ਪੁੱਜਿਆ ਪੁੱਜਿਆ ਆ ਗਿਆ। ਲਓ ਜੀ, ਸਾਡੇ ਕੋਲ ਇੱਧਰ ਨਾ ਮੈਨੂੰ ਲੱਗਦਾ ਕਿ ਭਲਵਾਨ ਟਾਈਪ ਕੋਈ ਬੰਦਾ ਹੈ ਜਿਹੜਾ ਕਟਿੰਗ ਕਰਾਉਣ ਡਿਆ। ਹੋਰ ਜੀ ਭਲਵਾਨ ਜੀ, ਕੀ ਤੇਰੀ ਖੈਰ ਹੋਵੇ? ਮੈਂ ਭਲਵਾਨ ਕਹਿਣ ਡਿਆ, ਆਪ ਮੈਨੂੰ ਵੇਖ ਕੇ ਡਰ ਗਿਆ। ਕਿਹੜਾ ਤੁਹਾਨੂੰ ਵੇਖ ਕੇ ਡਰ ਗਿਆ ਜੀ? ਹੈ ਹਾਂ, ਮੈਂ ਇਹੀ ਤਾਂ ਗੱਲ ਕਰਨੀ, ਕਿਹੜਾ ਭਲਵਾਨ ਹੈ ਵੀ ਜਿਹੜਾ ਮੈਨੂੰ ਵੇਖ ਕੇ ਡਰ ਗਿਆ? ਕਿਹੜਾ ਦਾ ਹੈ? ਕੌਣ ਭਲਵਾਨ? ਕਿੱਥੋਂ ਦਾ? ਇਹ ਹੁਣ ਆਪ ਦੱਸਣਾ ਕਿ ਆਪਣਾ ਖਾਰਾ ਕਿੱਥੇ? ਕਦੋਂ? ਕਦੋਂ ਨਹੀਂ, ਕਿੱਥੇ ਘੋਲਣਾ ਹੈ? ਕਿੰਦਾ? ਉਹ ਯਾਰ, ਇਹ ਭਲਵਾਨ ਹੈ ਕਿ ਬੋਲਾ? ਹਾਂਜੀ, ਇਹ ਮੈਂ ਪੁੱਛਣ ਡਿਆ ਕਿ ਜਿੱਥੇ ਤੁਸੀਂ ਮਿਹਨਤ ਕਰਦੇ ਹੋ। ਹੈਂ, ਕੌਣ ਮਿਹਨਤ ਕਰਦਾ? ਅੱਛਾ, ਮਿਹਨਤ ਨਹੀਂ ਕਰਦੇ, ਮੰਗ ਮੁੰਗ ਕੇ ਖਾਂਦੇ ਹੋ? ਮੈਂ ਅਰਜ਼ੇ ਕਰਨ ਡਿਆ ਭਲਵਾਨ ਜੀ, ਮੈਨੂੰ ਪਤਾ ਲੱਗਾ ਸੀ ਕਿ ਤੁਸੀਂ ਭਲਵਾਨ ਹੋ। ਹਾਂਜੀ, ਤੇ ਜ਼ੋਰ ਸ਼ੋਰ ਕਿੱਥੇ ਕਰਦੇ ਹੋ? ਕਿਹਨੂੰ ਲਾਉਣਾ ਜ਼ੋਰ? ਉਹ ਉੱਥੇ ਟਰੱਕ ਡਿੱਗ ਪਿਆ ਗੰਦੇ ਨਾਲੇ, ਚੋ ਬਾਹਰ ਕੱਢਣਾ। ਚਲੀਏ, ਚਲੋ ਯਾਰ, ਤੁਸੀਂ ਇਹ ਵੇਖੋ ਕਿ ਮੈਂ ਕੋਈ ਵੀ ਗੱਲ ਕਰਨਾ ਨਾ ਤੇ ਭਲਵਾਨ ਦਾ ਡਾਰੀ ਨਿਕਲ ਜਾਂਦਾ, ਏਡਾ ਵੱਡਾ ਹੋ ਗਿਆ ਤੇਰੇ ਤੱਕ। ਮੇਰੇ ਸਾਹਮਣੇ ਸ਼ਾਹੀ ਆਸੀ ਕਿ ਉਹ ਤੇ ਬੰਦਰ ਡੰਨੇ ਬੰਦ। ਓਏ ਫਾਈਨ ਆਰਟ ਜੀ। ਅੱਛਾ ਹਾਂ, ਅੱਛਾ ਪਤਾ ਫਾਈਨ ਆਰਟ ਕਿਹਨੂੰ ਕਹਿੰਦੇ ਨੇ? ਐਕਸ ਡਿਪਾਰਟਮੈਂਟ ਨੂੰ। ਲਕੀਰੀ ਵੀ ਖੈਰ ਹੋਵੇ, ਇਹੋ ਜਿਹੇ ਬੰਦੇ ਨੂੰ ਪੁੱਛ ਲਈ ਨਾ ਭਾਜੀ, ਚੌਂ ਸਾਹਿਬ ਕਿਹੋ ਜਿਹਾ ਹੁੰਦਾ ਤੇ ਉਹਨੇ ਕਹਿਣਾ ਦੁਆਰਾ ਤੋੜੀਏ ਤੇ ਉਹਦੇ ਵਰਗਾ ਹੁੰਦਾ ਹੀ। ਭਲਵਾਨ ਉਹਨਾਂ ਵੱਡੀ ਗੱਲ ਕਰੇਗਾ ਨਹੀਂ ਭਲਵਾਨ ਜੀ, ਸੀਰੀਅਸ। ਹਾਂਜੀ, ਆਪਣਾ ਖਾਰਾ ਕਿੱਥੇ? ਕਬਰਸਤਾਨ। ਤਾਂ ਪਹਿਲਾ ਭਲਵਾਨ ਹੈ ਜਿਹੜਾ ਉੱਥੇ ਮੁਰਦਿਆਂ ਨਾਲ ਕਬੱਡੀ ਖੇਡਦਾ ਰਹਿੰਦਾ। ਅੱਛਾ ਯਾਰ ਭਲਵਾਨ, ਤੂੰ ਮੈਨੂੰ ਇਹ ਦੱਸ, ਜਦੋਂ ਭਲਵਾਨ ਸ਼ੇਵ ਕਰਾਉਂਦਾ ਕਦੀ ਤੇਰਾ ਉਸ ਤਰ੍ਹਾਂ ਥੱਕ ਕੇ ਕਹਿ ਦੇਵੇ ਕਿ ਬਸ ਯਾਰ ਮੈਂ ਅੱਧੇ ਮੂੰਹ ਤੇ ਥੱਕ ਗਿਆ? ਜੀ ਨਾਜ਼ਰੀਨ, ਤੇ ਐਸ ਵੇਲੇ ਖਲੋਤੇ ਆ ਨਾਲ ਆਟੋ ਤੇ, ਮੈਨੂੰ ਇਹ ਦੱਸੋ ਭਾਜੀ ਕਿ ਅਗਰ ਇੱਥੇ 125 ਖੋਤੇ ਦਾ ਇਲਾਜ ਕਰਾਈਏ ਤਾਂ ਫੇਰ ਇਲਾਜ ਕਰਾਈਏ ਤੇ 100 ਬਿਸਮਿਲਾ ਜਦੋਂ ਮਰਜ਼ੀ ਲਿਆਓ, ਭਾਵੇਂ ਤੁਹਾਡੀ ਆਪਣੀ ਦੁਕਾਨ ਹੈ। ਯਾਨੀ ਗੱਡੀਆਂ ਠੀਕ ਕਰਦੇ ਕਿ ਖੋਤੇ ਠੀਕ ਕਰਦੇ? ਗੱਡੀਆਂ ਠੀਕ ਕਰਦੇ ਆ ਲੇਕਿਨ ਖੋਤੇ ਨਹੀਂ ਅਸੀਂ ਠੀਕ ਕਰਦੇ, ਕਿਉਂਕਿ ਠੋਕੇ ਮੁਰੰਮਤ ਨਹੀਂ ਹੁੰਦੇ, ਉਹਨਾਂ ਦਾ ਇਲਾਜ ਕੀਤਾ ਜਾਂਦਾ। ਮੈਂ ਇਹੀ ਤੇ ਪੁੱਛਣ ਡਿਆ ਤੁਹਾਨੂੰ। ਹਾਂਜੀ, ਅਸੀਂ ਵੀ ਤੁਹਾਨੂੰ ਇਹੀ ਦੱਸਣ ਆ, ਖੋਤੇ ਮੁਰੰਮਤ ਨਹੀਂ ਕੀਤੇ ਜਾਂਦੇ, ਉਹਨਾਂ ਦਾ ਇਲਾਜ ਕੀਤਾ ਜਾਂਦਾ ਭਾਵੇਂ, ਲੇਕਿਨ ਇਹ ਸਾਡੀ ਨਿਆਂ ਦਾ ਟੋਏਗੀ। ਅਸੀਂ ਡਿਜ਼ਾਈਨ ਮਾਈ ਮਕੈਨਿਕ ਮਿਸਤਰੀ
सोच कटो पिछो जाके भाई सुनते नहीं किसी की यार है खरे किधर दे किधर और इंग्लिश बोलन दिया तो यह इंग्लिश बोलन दिया इंग्लिश ना ही बोलिया कर के खराब कर टीवी ते आ रहे हैं कि नहीं टीवी ते आवा है टीवी ते ही नहीं चंगी गल है बाबा जी आना चाहिए और शुक्र शुक्र बस अजकल मौसम इस तरह के ने कोई इलेक्शन है काम शाम जरा स्लो हो अच्छा दुआ करिया करो ये दसो कि इस इलाके दे विच इलेक्शन दी कैंपेन चलती पई बिल्कुल चलदी कितना जोर चलदा पिया फिलहाल ते है मियां साहब दा इलाका हैगा ते मियां साहब दा ही नाम होना है कपड़े पाए ने की गल ठंड लगती सर्दी है मेनू मेनू इंज लगे जिवें तुसीं कारीगर हो ਉਹਦੇ ਵੀ ਤੁਸੀਂ ਕਪੜਾ ਜਿਹਾ ਵਲਿਆ ਉੱਤੇ ਵਰਕ ਜਿਹਾ ਆ ਵੀ ਤੁਸੀਂ ਜੈਕਟ ਪਾਈ ਹੈ ਤੁਸੀਂ ਬੰਦੇ ਹੋ ਕਿ ਟਾਇਰ ਹੋ ਮੈਨੂੰ ਇਹ ਦੱਸੋ ਤੁਸੀਂ ਵੀ ਆ ਟੈਂਕੀ ਹੈ ਜਿਹੜੀ ਅੱਛਾ ਇਹ ਜਿਹੜੀ ਟੈਂਕੀ ਟੰਗੀ ਹੈ ਇਹ ਟੈਂਕੀ ਨੂੰ ਤੁਸੀਂ ਪੁੱਠਾ ਟੰਗਿਆ ਇਹਨੂੰ ਫਾਂਸੀ ਦਿੱਤੀ ਜੇ ਨਹੀਂ ਨਹੀਂ ਸਜ਼ਾਏ ਮੌਤ ਦਾ ਐਲਾਨ ਹੋਇਆ ਹੋਇਆ ਕਦੀ ਕੋਈ 70 ਬਿੱਲੀ ਤੁਹਾਡੇ ਕੋਲ ਆਈ ਹੋਵੇ ਬਿੱਲੀਆਂ ਨਹੀਂ ਪੈਨ ਰਿਪੇਅਰ ਕਰਦੇ ਅਸੀਂ ਹੌਸਲਾ ਕਰਨੇ ਆ ਯਾਰ ਉਹ ਵੀ ਤਾਂ ਠੀਕ ਹੋਣ ਵਾਲੀ ਚੀਜ਼ ਨਹੀਂ ਨਾ ਉਹ ਠੀਕ ਨਹੀਂ ਨਾ ਹੁੰਦੀ ਉਹਦਾ ਉਹਦੇ ਨਾਲ ਕਿਹੜਾ ਇੰਜਨ ਲਵਾਇਆ ਕਿਹੜਾ ਬਿੱਲੀ ਦਾ ਕਿਹੜਾ ਇੰਜਨ ਲਵਾਇਆ ਯਾਰ 70 ਬਿੱਲੀ ਵੀ ਹੋ ਸਕਦੀ ਨਹੀਂ ਬਿੱਲੀ ਨਹੀਂ ਨਹੀਂ ਹੁੰਦੀ ਨਹੀਂ ਅੱਛਾ ਚਲੋ ਇਹ ਦੱਸੋ ਤੁਸੀਂ ਕਿ ਪਿਸਟਮ ਜਿਹੜਾ ਹਾਂਜੀ ਜਹਾਜ਼ ਦਾ ਪਿਸਟਮ ਤੁਸੀਂ ਮੋਟਰਸਾਈਕਲ ਨੂੰ ਪਾ ਸਕਦੇ ਨਹੀਂ ਪਾ ਸਕਦੇ ਯਾਰ ਤਾਂ ਕਾਹਦੇ ਕਾਰੀ ਕਰੋ ਤੁਸੀਂ ਅਸੀਂ ਮੋਟਰਸਾਈਕਲ ਡੰਡ ਲਾਉਣ ਵਾਲੇ ਮੋਟਰਸਾਈਕਲ ਦੀ ਡੰਡ ਲਾਉਂਦੇ ਹੋ ਹਾਂਜੀ ਇਹਦਾ ਮਤਲਬ ਤੁਸੀਂ ਮੋਟਰਸਾਈਕਲ ਦੀ ਡੰਡ ਲਾਉਂਦੇ ਹੋ ਤੇ ਬੰਦਿਆਂ ਦੀ ਛਿੱਲ ਲਾਉਂਦੇ ਹਾਂ ਤੇ ਇਹ ਦੱਸੋ ਤੁਸੀਂ ਕਿ ਅੰਨੀ ਗੱਡੀ ਦੀਆਂ ਅੱਖਾਂ ਪਾ ਲੈਂਦੀ ਨਹੀਂ ਗੱਡੀ ਦੀਆਂ ਅੱਖਾਂ ਇਹ ਮਲਕ ਸਾਹਿਬ ਹੋਰੀ ਇਥੋਂ ਦੇ ਬੜੇ ਮਸ਼ਹੂਰ ਨੇ ਦਾਲ ਵਾਲੇ ਤੇ ਇਹਨਾਂ ਕੋਲੋਂ ਪੁੱਛਨੇ ਆ ਕਿ ਤੁਹਾਡੀ ਦਾਲ ਐਡੀ ਮਸ਼ਹੂਰ ਕਿਉਂ ਹੈ ਤੇ ਤੁਸੀਂ ਇਹਦੇ ਚ ਕੀ ਪਾਉਂਦੇ ਹੋ ਸਰ ਦਾਲ ਹੀ ਪਾਈਦੀ ਬਸ ਬੜੀ ਦੇਰ ਤੋਂ ਮਾਸ਼ਾਅੱਲਾ ਕੰਮ ਚੱਲ ਰਿਹਾ ਇਹ ਜਿਹੜਾ ਕੀਮਾ ਹੈ ਤੁਹਾਡੇ ਕੋਲ ਹਾਂਜੀ ਜਨਾਬ ਇਹ ਕਿਹੜੀ ਸ਼ਾਇਦ ਦਾ ਕੀਮਾ ਇਹ ਜਨਾਬ ਚਿਕਨ ਦਾ ਕੀਮਾ ਅੱਛਾ ਚਿਕਨ ਦਾ ਕੀਮਾ ਹਾਂਜੀ ਜਨਾਬ ਤੇ ਇਹਦੇ ਚ ਹੋਰ ਕੀ ਕੀ ਪਾਇਆ ਹੈ ਕੀਮਾ ਹੀ ਪਾਇਆ ਤੇ ਪਿਆਜ਼ ਟਮਾਟਰ ਹਰੀ ਮਿਰਚ ਹੋਰ ਕੀ ਪਾਣਾ ਇੰਨੀ ਇਹ ਤੁਹਾਡਾ ਕੀਮਾ ਹੈ ਕਿ ਗਮਲੇ ਵੇਖੋ ਤੁਸੀਂ ਹਰੀਆਂ ਮਿਰਚਾਂ ਤੁਹਾਡੀ ਹੋ ਗਈ ਪਈਆਂ ਵਿੱਚ ਇਹ ਗਮਲਾ ਹੀ ਸਮਝੋ ਤੁਸੀਂ ਸਾਹਿਬ ਤੁਹਾਡੇ ਦਾ ਇਸ ਤਰ੍ਹਾਂ ਤੁਸੀਂ ਇਹ ਮਾਸ਼ਾਅੱਲਾ ਯਾਰ ਇਹ ਤੇ ਗੱਲ ਤੇਰੀ ਠੀਕ ਹੈ ਤੇ ਇਹ ਸਲਾਦ ਦੇ ਵਿੱਚ ਤੁਸੀਂ ਗਾਜਰਾਂ ਇੰਨੀਆਂ ਪਾਈਆਂ ਸਲਾਦ ਮਿੱਠਾ ਕੀਤਾ ਨਹੀਂ ਨਹੀਂ ਸਲਾਦ ਕਿਹੜਾ ਕੀਤਾ ਵਿੱਚ ਆ ਜਾਂਦੇ ਨੇ ਇੱਕ ਦੋ ਬੰਦੇ ਜਿਸ ਤਰ੍ਹਾਂ ਤੁਸੀਂ ਆਏ ਹੋ ਮਾਸ਼ਾਅੱਲਾ ਸਲਾਦ ਦੀ ਮਸ਼ਹੂਰੀ ਕਰਨ ਲੱਗ ਪਏ ਜੀ ਆ ਕੇ ਇਧਰ ਭਾਈ ਜਿਹੜੀ ਚਪਾਤੀਆਂ ਲਾਣ ਦੇ ਨੇ ਇਹਨਾਂ ਕੋਲੋਂ ਪੁੱਛਨੇ ਆ ਕਿ ਜਨਾਬ ਤੁਸੀਂ ਇਹ ਚਪਾਤੀਆਂ ਜਿਹੜੀਆਂ ਲਾਣ ਦੇ ਹੋ ਇਹ ਏਡੀਆਂ ਪਤਲੀਆਂ ਕਿਉਂ ਕਰ ਦਿੰਦੇ ਹੋ ਚਪਾਤੀ ਹੁੰਦੀ ਹੈ ਜੀ ਪਤਲੀ ਹੈ ਜੀ ਅੱਛਾ ਪਤਲੀ ਹੁੰਦੀ ਹੈ ਜੀ ਇਹ ਜਿਹੜੇ ਬੰਦੇ ਨੂੰ ਤੁਸੀਂ ਚਪਾਤੀ ਦਿੰਦੇ ਹੋ ਇੱਕ ਬੁਰਕੀ ਬਣਾ ਕੇ ਖਾ ਲੈਂਦਾ ਤੇ ਮੁੜ ਕੇ ਉਹ ਸੋਚਦਾ ਰਹਿੰਦਾ ਕਿ ਮੈਂ ਦੋ ਹੋਰ ਲਵਾਂ ਕਿ ਇੱਕ ਲਵਾਂ ਤੁਹਾਨੂੰ ਐ ਲੱਗਦਾ ਤੁਸੀਂ ਇੱਕ ਬੁਰਕੀ ਲਾ ਕੇ ਖਾ ਕੇ ਦਿਖਾ ਦਿਓ ਪਤਾ ਚੱਲ ਜਾਣਾ ਹੈ ਇੱਕ ਬੁਰਕੀ ਤੁਸੀਂ ਖਾ ਕੇ ਦਿਖਾ ਦਿਓ ਐ ਵੀ ਹਾਂ ਤੇ ਇਹਦੀ ਮੈਂ ਇੱਕ ਬੁਰਕੀ ਅਗਰ ਕਰ ਜਾਵਾਂ ਤੇ ਫਿਰ 5000 ਰੁਪਇਆ ਦੇਗਾ अद्धी खा लैंदे अद्धी उत्ते लै के सौ जांदे ने लो जनाब ते इस वेले असीं हैगे आ वाहिद टिक्का एंड बारबीक्यू ते इह साडे खान भरा ने इहनां दी माशाला बड़ी अच्छी दुकान है और इन्हां कोलों पुछने आ कि भाजी तुसीं इह दसो मैनू क्या बेज़बान मुर्गियां नूं बेचारियां नूं तुसीं गर्म घिओ च सुट दिंदे हो तुहानूं कोई तरस नहीं आउंदा इन्हां नहीं भाई तरस क्यों आ रहा इस वेले असीं खड़ोते आ लाजवाब दही भल्ले ते इन्हां नूं पुछने आ कि इह सर्दियां ने उत्तों दही वी तुसीं ठंडा करके विच पाउंदे हो ते ਇਹ ਅੱਜ ਕੱਲ ਕਿੰਨੇ ਕੋ ਖਾਦੇ ਜਾ ਰਹੇ ਔਰ ਜਨਾਬ ਠੀਕ ਹੋ ਤਬੀਤਾ ਠੀਕ ਨੇ ਸ਼ੁਕਰ ਹੈ ਅੱਲਾ ਦਾ ਮਾਸ਼ਾਅੱਲਾ ਬੜੀ ਅੱਛੀ ਰੇੜੀ ਲਾਈ ਏ ਤੁਸੀਂ ਅੱਛਾ ਇਹ ਜਿਹੜੀ ਮਿੱਠੀ ਚਟਨੀ ਏ ਹਾਂਜੀ ਇਹ ਕਿਸ ਤਰ੍ਹਾਂ ਬਣਾਉਂਦੇ ਹੋ ਹੱਥਾਂ ਨਾਲ ਤੇ ਲੋਕੀ ਕੀ ਪੈਰਾਂ ਨਾਲ ਬਣਾਉਂਦੇ ਨੇ
खरमानी चीनी खरमानी और चीनी हां जी जे ए कही अजिहो जे रंग हजार नोट पाओ तो फिर क्यों क्यों यार महंगी चटनी होनी चाहिए ना तेरी लाजवाब है ना किसी गल तो लाजवाब होनी चाहिए गल सही हैगी नहीं जानते असि इतने अड्डा लाइए पांच पांच हजार नोट पवा गए यार वेखो जी थे दही पले ने लाजवाब हाँ जी हाँ तो हरकत भी तो लाजवाब करो ना उधर जाके ले ला छन्ना बंदा वे के छन्ने वर्गा छन्ना लैन आ गया मेनू छन्ना कही जान दिया तू अपना लगौर वेख लगता नहीं पुठा कुजा पे है तेरे वाल इन सेहत कंडे होंगे ने जी नाजरीन इस वे खलोते हैं एक दाने भुनने वाली रेहड़ी ते खान बाबा ने वो दाने भुनते ने तुम थले मूह करके खलो रहे हो की गल पंजा लाठी पर डिग पे गेम खेल रहे हो गेम खेल रहे हो अच्छा एक ही सैंस तुम लाई है कि लक्कड़ की रेहड़ी है तो भी अग बाली पठान है पठान के पास बड़ा दिमाग होते है बड़ा सेंस होता है यार पहली बारी मैं तेरे को गल सुन रहा की पठान को बड़ा दिमाग होता है वैसे एक गल है की वाकई गल ठीक है पठान वड्डे साइंसदान होंगे ने क्योंकि डॉक्टर अब्दुल कदीर खान साहब ने जिन्होंने एटमी ताकत पाकिस्तान बनाता भी तो साइंसदान ही बिल्कुल पठान ही बनाए हुए ना अच्छा हुण तू मैनू ये दस आ जी बैटरी रखी है जी ए अगर तेनू कुछ बनाना पै जे इन तोड़ के साइकिल बना सकना यह दसो तुम कि यह जी मकई है यू तुम एडी कु जिनी पाते हो खंबे दी तारा जान दी बिजली आली मैं तेनू कहवा कि गिल्ली टाकी इन्हां तां फेर तो फेर लेगा कोई भी नहीं कर सकता यार कुछ भी नहीं होना सिर्फ तो गिली टाकी जाके हाथ पाना ना तारा ठीक है तो बस इंज ही होना कुछ भी नहीं जो गंदा नाला है वो पुल के थले तो टूबी मार के आ जाएगा जी गड्डी है जी वो पिछे खलोती जी बिलकुल खलोती सिलेंसर कट के तू अपने नक च ला लेगा वो नाक च आता ही नहीं है तो कैसे चलाएगा यार तू कहां दा साइंसदान है साइंसदान है ना एक वक्री साइंस करके वहा 1-5 का प्लग कट के अपनी धुनी चला लेंगा साइंसदान है ना कोई तो चीज नवी बना यार अच्छा हैगा दाने बेचना है तो तकड़ी सुनियारे वाली रखी यही होते इंसाफ की गंडा जैसे इमरान खान लो जी नाजरीन तो इस वे न्यू डिसेंट बट शुआरमा तो असं खलोते हैं ये मैं पहली बार सुन रहा कि शुआरमा भी डिसेंट होंगे इन्होंने गलबात कर रहे तुम ये दसो कि टोपी एडी पुठी पा के वाला की गल सिर एडा घोट के रखे है मेरे को मजा सी मैं चाह रहा हाँ बट जरा खोल के सामने आवे मेरे जी मार साहब और सुनो तू भी ठीक ने अल्लाह का शुक्र अल्हम्दुलिल्लाह तू ही सुनाओ एक ही लेडी चादर ना फा लिया तू घर तो लेडीज सर सिंधी चादर है लेडीज नहीं है गौर नाल वेखो जरा मैं तुम्हें अगे कह रहा रिच सीधा होया है रिच सीधा होया है लेडीज
थले चमचा ही निकलदा चमचा नहीं हुंदा भरा किली हुंदी मुंह है ताडा अपना भी एडा सोहना मूह है ना जो क्लीन शेव कराई होगी घर वसा सकते हो क्लीन शेव तो बगैर भी मुछा नाल भी बच जाता कोई जिस तरह है ना उस तरह ही घबराओ ना तुसी बट साहब तुहानू इस गल का नहीं पता कि गल बनी आज तक बट नटन लड़े तो विस किनू चढ़े मम्मी बट ही हाँ अच्छा जी वो वक्री गल के मैं वेस्ट इंडीज आ रहा चो और बट साहब शवारमा भी चिट्टा बट भी चिट्टा मैं तो कहना इन बड़ा कागज लपेट पूट के किसी गाह को फड़ा खुद स्पेशल माइनस तो नहीं होंगी नहीं माइनस नहीं होंगी माइनस नहीं होंगे माइनस होंगी अच्छा माइनस होंगी झूठ आली बट हो खावे घट मैं नहीं मानता खाई अलहमदुलिल्लाह अपनी सेहत वाल भी ख्याल करी दा अच्छा। जरूरत है खाओ पियो मगर अपनी सेहत वाल भी ख्याल करो नहीं तो मैं ज्यादा जरूरी है। मैं ना बट साहब अक्सर वेख्या है कि बट जो तो मरिया ना खुराक दे उत्ते ही मरिया नहीं नहीं खुराक अल्लाह दी देन वाली है अल्हम्दुलिल्लाह अल्लाह जानता है कि बटा दी पसंद दी खुराक जिहड़ी है ना डिश वो हैगी दाल चौल पक्की गल है पक्की गल अल्लाह जानता है जो भी बट साहब खाना खाते ने ना चौल पाउंदे ने उत्तों मश्क दे नाल दाल पाउंदे ने किनारे ते बह के धोती शुरू सुकून ही नहीं आंदा जो बुरकी अड़ जांदी है ना उदो पानी नहीं पींदे नाल तैनूं कहांगे लग ते मुक्का मार बड़ी मेहरबानी वाट साहब जिंदे रहो खैर होवे तुहाडी अल्लाह तुहानूं आबाद रखे और बड़ा मजा आया तुहाडे नाल काम करके बड़ी अच्छी मुहब्बत मिली।